ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਨੂੰ ਚਾਹ ਵਿੱਚ ਪਾਏ ਜਾਣ ਵਾਲੇ 10 ਜ਼ਹਿਰੀਲੇ ਕੈਮੀਕਲਾਂ ਬਾਰੇ ਦੱਸਾਂਗਾ। ਨੰਬਰ 1 ਤੇ ਹੈ ਟੈਨਿਨ। ਚਾਹ ਵਿੱਚ ਟੈਨਿਨ ਦੀ ਮਾਤਰਾ 18% ਹੁੰਦੀ ਹੈ, ਜੋ ਲਹੂ ਵਿੱਚੋਂ ਹੈਮੋਗਲੋਬਿਨ ਘਟਾਉਂਦਾ ਹੈ, ਪੇਟ ਵਿੱਚ ਵਰਮ ਗੈਸ ਦੇ ਰੋਗ ਪੈਦਾ ਕਰਦੀ ਹੈ, ਮੰਦਾਗਨੀ ਦਾ ਰੋਗ ਹੋ ਜਾਂਦਾ ਹੈ, ਜਿਸ ਨਾਲ ਭੋਜਨ ਨੂੰ ਪਚਾਉਣ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਨੰਬਰ 2 ਤੇ ਹੈ ਥੀਨ। ਇਸ ਵਿੱਚ ਥੀਨ ਦੀ ਮਾਤਰਾ 3 ਤੋਂ 6% ਰਹਿੰਦੀ ਹੈ, ਜੋ ਸਰੀਰ ਵਿੱਚ ਖੁਸ਼ਕੀ, ਫੇਫੜਿਆਂ ਅਤੇ ਦਿਮਾਗ ਵਿੱਚ ਭਾਰੀਪਨ ਪੈਦਾ ਕਰਦਾ। ਨੰਬਰ 3 ਤੇ ਹੈ ਕੈਫੀਨ। ਕੈਫੀਨ ਦੀ ਮਾਤਰਾ 2.75% ਹੁੰਦੀ ਹੈ। ਇਸ ਨਾਲ ਤੇਜ਼ਾਬ ਵਿੱਚ ਵਾਧਾ ਹੁੰਦਾ ਹੈ, ਫਿਰ ਗਠੀਆ, ਅਨਿੰਦਰਾ, ਗੁਰਦਿਆਂ ਦੀ ਕਮਜ਼ੋਰੀ ਅਤੇ ਸਿਰ ਦਰਦ ਆਦਿ ਦੇ ਲੱਛਣ ਸਾਹਮਣੇ ਆਉਂਦੇ ਹਨ। ਵਾਲ ਛੇਤੀ ਚਿੱਟੇ ਹੋਣ ਲੱਗ ਪੈਂਦੇ ਹਨ। ਨੰਬਰ 4 ਤੇ ਹੈ ਵੋਲੀਟਾਈਲ ਆਇਲ। ਵੋਲੀਟਾਈਲ ਆਇਲ ਅੱਖਾਂ ਦੇ ਰੋਗ ਵਧਾਉਂਦਾ ਹੈ ਅਤੇ ਅਨਿੰਦਰਾ ਪੈਦਾ ਕਰਦਾ ਹੈ। ਨੰਬਰ 5 ਤੇ ਹੈ ਕਾਰਬੋਲਿਕ ਐਸਿਡ। ਕਾਰਬੋਲਿਕ ਐਸਿਡ ਨਾਲ ਐਸੀਡਿਟੀ ਹੁੰਦੀ ਹੈ ਅਤੇ ਬੁਢਾਪਾ ਛੇਤੀ ਆਉਂਦਾ ਹੈ। ਨੰਬਰ 6 ਤੇ ਹੈ ਪੇਪਿਨ। ਪੇਪਿਨ ਪਾਚਨ ਕਿਰਿਆ ਵਿੱਚ ਵਿਗਾੜ ਪੈਦਾ ਕਰਦੀ ਹੈ। ਨੰਬਰ 7 ਤੇ ਹੈ ਐਰੇਮੈਲਿਕ ਆਇਲ। ਐਰੇਮੈਲਿਕ ਆਇਲ ਆਂਤਰੀਆਂ ਵਿੱਚ ਖੁਸ਼ਕੀ ਪੈਦਾ ਕਰਦਾ ਹੈ। ਨੰਬਰ 8 ਤੇ ਹੈ ਸਾਈਨੋਜੇਨ। ਸਾਈਨੋਜੇਨ ਲਕਵਾ, ਚੱਕਰ, ਆਉਣੇ, ਅਨਿੰਦਰਾ ਆਦਿ ਰੋਗਾਂ ਨੂੰ ਜਨਮ ਦਿੰਦਾ ਹੈ। ਨੰਬਰ 9 ਤੇ ਹੈ ਆਕਜੇਲਿਕ ਐਸਿਡ। ਆਕਜੇਲਿਕ ਐਸਿਡ ਸਰੀਰ ਵਿੱਚੋਂ ਜਿੰਨਾ 1 ਦਿਨ ਵਿੱਚ ਖਾਰਜ ਹੁੰਦਾ ਹੈ, ਉਸ ਤੋਂ 4 ਗੁਣਾ ਵੱਧ ਚਾਹ ਦੀ 1 ਪਿਆਲੀ ਨਾਲ ਸਰੀਰ ਵਿੱਚ ਪੈਦਾ ਹੁੰਦਾ ਹੈ। ਨੰਬਰ 10 ਤੇ ਹੈ ਸਟ੍ਰਿਕਨਾਈਲ। ਸਟ੍ਰਿਕਨਾਈਲ ਖੂਨ ਵਿੱਚ ਵਿਗਾੜ, ਵਿਰੇ ਦੋਸ਼ ਅਤੇ ਨਿਪੁੰਸਕਤਾ ਪੈਦਾ ਕਰਦਾ ਹੈ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸੋਹੀ ਮੈਥ ਨੂੰ ਸਬਸਕ੍ਰਾਈਬ ਕਰੋ।